ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿੱਦਾਂ ਹੀ ਹੋ ਤੁਸੀਂ? ਵਧੀਆ ਹੋਵੋਗੇ, ਸਵਾਗਤ ਹੈ ਤੁਹਾਡਾ ਤੁਹਾਡੇ ਚੈਨਲ 'ਤੇ। ਸੋ ਤੁਸੀਂ ਇਹ ਸੂਟ ਦੇਖ ਰਹੇ ਹੋ, ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਆ। ਇਹ ਮੇਰੇ ਕੋਲ ਮਲਟੀ ਕਲਰ ਦਾ ਦੁਪੱਟਾ ਪਿਆ ਸੀ, ਤਾਂ ਮੈਂ ਉਹਨਾਂ 'ਚੋਂ ਹੀ ਕਲਰ ਲੈ ਕੇ ਇਹ ਪਲੇਨ ਸੂਟ 'ਤੇ ਕਾਇਟ ਡਿਜ਼ਾਇਨ ਕੀਤਾ ਹੋਇਆ ਆ। ਤੁਸੀਂ ਦੇਖ ਸਕਦੇ ਹੋ, ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ। ਅੱਜ ਦੀ ਵੀਡੀਓ ਇਸੀ ਡਿਜ਼ਾਇਨ 'ਤੇ ਆ, ਤਾਂ ਪਲੀਜ਼ ਵੀਡੀਓ ਨਾਲ ਬਣੇ ਰਹੋ। ਅਤੇ ਪਲੀਜ਼ ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰ ਦਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਚਲੋ ਵੀਡੀਓ ਸਟਾਰਟ ਕਰਦੇ ਹਾਂ। ਤੋ ਹੁਣ ਦੇਖੋ, ਆਪਾਂ ਜਿਹੜੇ ਡਿਜ਼ਾਇਨ ਕਰਨ ਲੱਗੇ ਹਾਂ, ਕਾਈਟ ਡਿਜ਼ਾਇਨ ਕਰਨ ਲੱਗੇ ਹਾਂ, ਆਪਾਂ ਕੀ ਕਰਾਂਗੇ? ਪਹਿਲਾਂ ਮੈਂ ਇੱਕ ਛੋਟਾ ਜਿਹਾ ਕਾਈਟ ਬਣਾ ਰਹੀ ਹਾਂ, ਮਤਲਬ 3.5 ਇੰਚ ਦਾ। 3.5 ਮੈਂ ਇੱਧਰ ਕਰਦੀ ਹਾਂ ਅਤੇ 3.5 ਮੈਂ ਇੱਥੇ ਕਰਦੀ ਹਾਂ, 3.5 ਮੈਂ ਇੱਥੇ ਕਰਦੀ ਹਾਂ। ਠੀਕ ਹੈ, ਹੁਣ ਆਪਾਂ ਨੇ ਕੀ ਕਰਨਾ ਆ, ਇਹਦਾ ਇੱਕ ਬਾਕਸ ਬਣਾ ਲੈਣਾ ਆ, ਇੱਦਾਂ। ਇੱਥੇ ਵੀ ਮੈਂ 3.5 ਦਾ ਨਿਸ਼ਾਨ ਲਗਾਉਣਾ ਆ। ਠੀਕ ਹੈ, 3.5 ਦਾ ਨਿਸ਼ਾਨ ਲਗਾ ਲਿਆ। ਹੁਣ ਆਪਾਂ ਨੇ ਕੀ ਕਰਨਾ ਆ, ਇੱਥੋਂ 1.5 ਇੰਚ 'ਤੇ ਨਿਸ਼ਾਨ ਲਗਾਉਣਾ ਆ, ਇਸ ਤਰ੍ਹਾਂ ਇਹਦੇ ਐਵੇਂ ਖੁੰਝੇ 'ਚ। ਠੀਕ ਹੈ, ਫਿਰ ਆਪਾਂ ਨੇ ਇੱਦਾਂ ਲਾਈਨ ਲਗਾ ਦੇਣੀ ਆ। ਇਹ ਆਪਣਾ ਹੁਣ ਇਹ ਲਾਈਨ ਦਾ ਸੈਂਟਰ ਹੋ ਗਿਆ। ਇਸ ਸੈਂਟਰ 'ਚ ਆਪਾਂ 1.2 ਪੁਆਇੰਟ ਇੱਥੇ ਲੈਂਦੇ ਹਾਂ, 1 ਇੰਚ 2 ਪੁਆਇੰਟ ਇਸ ਸਾਈਡ ਲੈਂਦੇ ਹਾਂ। ਠੀਕ ਹੈ, ਹੁਣ ਇਹਨਾਂ ਨੂੰ ਆਪਸ 'ਚ ਇੱਥੇ ਜੁਆਇੰਟ ਕਰਨਾ ਆ, ਇੱਦਾਂ। ਇਹ ਦੇਖੋ 1/2 ਇੰਚ ਆ, 1/2 ਇੰਚ ਹੀ ਮੈਂ ਇੱਧਰ ਰੱਖਾਂਗੀ ਇਸ ਸਾਈਡ। ਠੀਕ ਹੈ, ਇਹ ਆਪਣੀ ਕਾਈਟ ਡਰੋ ਹੋ ਗਈ ਆ। ਹੁਣ ਆਪਾਂ ਆਪਣੀ ਕਾਈਟ ਨੂੰ ਕੱਟ ਕਰ ਲਾਂਗੇ। ਨੋਰਮਲ ਟੈਟਰਨ ਤੇ ਹੀ ਕੱਟ ਕਰ ਰਹੀ ਹਾਂ ਮੈਂ, ਕੋਈ ਪੇਸਟਿੰਗ ਵਾਲੀ ਨਹੀਂ ਹੈਗੀ। ਜੇ ਤੁਹਾਡੇ ਕੋਲ ਪੇਸਟਿੰਗ ਵਾਲੀ ਤਾਂ ਤੁਸੀਂ ਪੇਸਟਿੰਗ ਵਾਲੀ ਤੇ ਵੀ ਕੱਟ ਕਰ ਸਕਦੇ ਹੋ। ਠੀਕ ਹੈ, ਇਹ ਆਪਾਂ ਕਾਈਟ ਡਰਾ ਕਰ ਲਿਆ। ਹੁਣ ਆਪਾਂ ਇਹਨੂੰ ਪੇਸਟ ਕਿੱਦਾਂ ਕਰਨਾ ਆ, ਦੇਖੋ ਮੈਂ ਇਸ ਫੈਬਰਿਕ ਤੇ ਪੇਸਟ ਕਰੂੰਗੀ ਇਸ ਨਾਲ ਦੇ। ਸੋਰੀ, ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਵਾਂ, ਇਹ ਮੇਰਾ ਹੈਗਾ 3.5 ਇੰਚ ਦਾ। ਠੀਕ ਹੈ, ਇੱਕ ਮੈਂ ਇਹਦੇ ਨਾਲ ਦੇ ਮੈਂ 4 ਰੈਡੀ ਕਰਾਂਗੀ, ਮਤਲਬ ਇੱਕ ਮੈਂ ਕਰਾਂਗੀ 4x4 ਦਾ, ਮਤਲਬ 4x4 ਇੰਚ ਦਾ ਹੋਏਗਾ। ਇੱਕ ਮੈਂ ਕਰਾਂਗੀ 3 ਦਾ, ਇੱਕ ਮੈਂ ਕਰਾਂਗੀ 5 ਦਾ। ਠੀਕ ਹੈ, ਇੱਕ 5 ਇੰਚ ਦਾ ਤਿਆਰ ਕਰਾਂਗੀ ਕਾਈਟ, ਇੱਦਾਂ ਹੀ ਇੱਕ 4 ਇੰਚ ਦੀ ਕਰੂੰਗੀ, ਇੱਕ 3 ਇੰਚ ਦੀ, ਇੱਕ ਮੈਂ ਕਰਾਂਗੀ 3.5 ਇੰਚ ਦੀ। ਠੀਕ ਹੈ, ਬਸ ਇਹ ਨੋਟ ਕਰ ਲਿਓ ਤੁਸੀਂ। ਹੁਣ ਆਪਾਂ ਇਹਨੂੰ ਪੇਸਟ ਕਿੱਦਾਂ ਕਰਨਾ ਆ, ਦੇਖੋ ਮੈਂ ਆਹ ਫੈਬਰਿਕ ਤੇ ਇਹਨੂੰ ਪੇਸਟ ਕਰਾਂਗੀ। ਦੇਖੋ ਹੁਣ ਤੁਸੀਂ ਦੇਖ ਸਕਦੇ ਹੋ, ਇਹ ਪੇਸਟ ਨਹੀਂ ਹੁੰਦੀ ਕਿਉਂਕਿ ਇਹ ਨਾਰਮਲ ਕਾਈਟ ਆਪਣੀ, ਮਤਲਬ ਨਾਰਮਲ ਹੀ ਟੈਟੂ ਨਾ। ਆਪਾਂ ਹੁਣ ਕੀ ਕਰਨਾ ਆ, ਮੈਂ ਇੱਦਾਂ ਇਹਨੂੰ ਸੈੱਟ ਕਰਕੇ ਪਹਿਲੇ ਇੱਕ ਵਾਰ ਪ੍ਰੈਸ ਕਰ ਲਾਂਗੀ। ਠੀਕ ਹੈ, ਪ੍ਰੈਸ ਕਰ ਲਿਆ ਇਹਨੂੰ। ਹੁਣ ਮੈਂ ਕੀ ਕਰਾਂਗੀ, ਮੇਰੇ ਕੋਲ ਦੇਖੋ ਪੇਪਰ ਪੇਸਟਿੰਗ ਪਿਆ, ਹੁਣ ਆਪਾਂ ਪੇਪਰ ਪੇਸਟਿੰਗ ਇਹਤੇ ਪੇਸਟ ਕਰ ਦਾਂਗੇ, ਇੱਦਾਂ ਆਪਾਂ ਇਹਨੂੰ ਇੱਦਾਂ ਪੇਸਟ ਕਰ ਦਾਂਗੇ। ਇੱਦਾਂ ਹੀ ਮੈਂ ਫੈਬਰਿਕ ਲਿੱਤੇ ਨੇਗੇ। ਮੇਰਾ ਦੁਪੱਟਾ ਦਿਖਾਇਓ, ਮੈਂ ਆਪਣੇ ਦੁਪੱਟੇ ਦੇ ਨਾਲ ਦੇ ਕਲਰ ਲਿੱਤੇ ਨੇ। ਇਹਦੇ ਵਿੱਚੋਂ ਦੇਖੋ, ਜਿੱਦਾਂ ਕਿ ਮੇਰਾ ਨੇਵੀ ਕਲਰ ਦਾ ਮੈਂ ਸੂਟ ਲਿੱਤਾ ਹੈ ਆਪਣਾ,
ਯੈਲੋ, ਫਰੋਜ਼ੀ, ਮਜੰਟਾ ਤੇ ਵਾਈਨ ਸ਼ੇਡ, ਠੀਕ ਹੈ, ਜੋ ਮੈਂ ਇਸ ਟਾਈਮ ਬਣਾ ਰਹੀ ਹਾਂ। ਮੈਂ ਤਿੰਨੋਂ ਚਾਰੋਂ ਸ਼ੇਡਾਂ ਦੇ ਮਤਲਬ ਕਾਇਟ ਬਣਾ ਲਾਂਗੀ ਆਪਣੀ, ਅਲੱਗ ਅਲੱਗ ਰੰਗਾਂ ਦੀ ਬਣਾਵਾਂਗੀ, ਉਹ ਮੈਂ ਤੁਹਾਨੂੰ ਦਿਖਾ ਦੇਵਾਂਗੀ ਬਣਾਏ ਹੋਏ। ਦੇਖੋ ਹੁਣ ਕੀ ਕਰਨਾ ਆ, ਹੁਣ ਆਪਾਂ ਇਹਨੂੰ ਨੋਰਮਲ ਕੱਟ ਕਰਨਾ ਆ, ਚੰਗੀ ਤਰ੍ਹਾਂ ਪੇਸਟ ਕਰ ਲੈਣਾ ਹੈ ਆਪਾਂ ਨੇ ਇਹ। ਜੇ ਤੁਹਾਡੇ ਕੋਲ ਪੇਸਟਿੰਗ ਵਾਲੀ ਟੈਟੂਨ ਹੈਗੀ ਆ ਤਾਂ ਬਿਲਕੁਲ ਈਜ਼ੀ ਆ, ਤੁਸੀਂ ਉਹਤੇ ਵੀ ਕਰ ਸਕਦੇ ਹੋ, ਬਟ ਅਦਰਵਾਈਜ਼ ਜੇ ਨਹੀਂ ਹੈਗੀ ਤਾਂ ਤੁਸੀਂ ਇੱਦਾਂ ਵੀ ਕਰ ਸਕਦੇ ਹੋ, ਕੋਈ ਜ਼ਿਆਦਾ ਐ ਨਹੀਂ ਹੈਗਾ ਵੀ ਤੁਹਾਡੇ ਕੋਲ ਹੋਣੀ ਜ਼ਰੂਰੀ ਆ। ਹੁਣ ਦੇਖੋ ਮੈਂ ਇਹਨੂੰ ਪ੍ਰੈਸ ਕਰ ਲਿਆ ਚੰਗੀ ਤਰ੍ਹਾਂ। ਹੁਣ ਕੀ ਕਰਨਾ ਹੈ ਆਪਾਂ ਨੇ, ਇਹਨੂੰ ਫੋਲਡਿੰਗ ਕਰਨੀ ਆ। ਕਿੱਦਾਂ ਫੋਲਡਿੰਗ ਕਰਨੀ ਆ, ਜਿੱਦਾਂ ਇੱਕ ਤਾਂ ਆਪਾਂ ਨੇ ਇੱਥੇ ਕੱਟ ਲਗਾ ਲੈਣਾ ਆ, ਇੱਕ ਇੱਥੇ ਕੱਟ ਲਾ ਰਹੇ ਆ, ਇਹਨੂੰ ਹਲਕਾ ਹਲਕਾ ਕੱਟ ਕਰਕੇ ਆਪਾਂ ਇਹਨੂੰ ਹੁਣ ਫੋਲਡਿੰਗ ਕਰਨਾ ਆ ਇਸ ਤਰੀਕੇ ਨਾਲ, ਪ੍ਰੈਸ ਨਾਲ ਹੀ ਆਪਾਂ ਨੇ ਇਹਨੂੰ ਫੋਲਡਿੰਗ ਕਰਨਾ ਆ। ਇਹਨੂੰ ਆਪਾਂ ਨੇ ਸਿਰਫ ਇੱਦਾਂ ਹੀ ਫੋਲਡਿੰਗ ਕਰ ਲੈਣਾ ਆ ਸਾਰੀ ਨੂੰ। ਸੋ ਦੇਖੋ ਆਪਾਂ ਨੇ ਪ੍ਰੈਸ ਨਾਲ ਸੈੱਟ ਕਰ ਲਈ ਆਪਣੀ ਕਾਈਟ। ਹੁਣ ਆਪਾਂ ਨੇ ਕੀ ਕਰਨਾ ਆ, ਦੇਖੋ ਜਿਹੜੇ ਆਹ ਕਾਰਨਰਸ ਨੇ, ਜਾਰੀ ਕਿਤਾ ਨਾ ਠੰਡ ਕਰਨ ਹੱਥ ਨਹੀਂ ਚਾਉੜੇ, ਆ ਦੇਖੋ ਜਿਹੜੇ ਇਹ ਕਾਰਨਰ ਨੇ ਆਪਾਂ ਨੇ ਕੀ ਕਰਨੇ ਨੇ, ਇਹਨੂੰ ਟੇਢਾ ਇੱਦਾਂ ਕੱਟ ਕਰਨੇ ਨੇ, ਸਾਰੇ ਕਾਰਨਰਸ ਮੈਨੇ ਕੀਤੇ ਹੋਏ ਨੇ। ਹੁਣ ਆਪਾਂ ਕੀ ਕਰਾਂਗੇ, ਸਮੋਸਾ ਲੈਸ ਹੁੰਦੀ ਆ ਉਹ ਯੂਜ ਕਰਾਂਗੇ। ਉਹ ਕਿੱਥੋਂ ਯੂਜ ਕਰਾਂਗੇ ਆਪਾਂ, ਉਹ ਆਪਾਂ ਇਸ ਕੋਰਨਰ ਤੋਂ ਰੱਖਣਾ ਸਟਾਰਟ ਕਰਾਂਗੇ, ਇਸ ਕੋਰਨਰ ਤੋਂ, ਇੱਥੋਂ, ਕਿਉਂਕਿ ਜਿਹੜਾ ਆਪਣਾ ਜੁਆਇੰਟ ਆ ਇਹ ਦਿਖੇ ਨਾ, ਇਹਦੇ ਵਿੱਚ ਹੀ ਮਿਕਸ ਹੋ ਜੇ। ਹੁਣ ਮੈਂ ਤੁਹਾਨੂੰ ਦਿਖਾਉਂਦੀ ਹਾਂ ਆਪਾਂ ਕਿਵੇਂ ਲਗਾਉਣੀ ਆ। ਸੋ ਦੇਖੋ ਆਪਾਂ ਨੇ ਇਸ ਕੋਰਨਰ ਤੋਂ ਲੈਸ ਰੱਖਣੀ ਸਟਾਰਟ ਕੀਤੀ, ਇੱਦਾਂ ਕਰਨੀ ਆ। ਬਾਕੀ ਦੂਜੀ ਗੱਲ ਮੈਂ ਵੱਡੇ ਬੱਖੇ ਨਾਲ ਕਰ ਰਹੀ ਹਾਂ, ਕਿਉਂਕਿ ਇਹ ਆਪਾਂ ਟਾਂਕਾ ਉਤਾਰ ਦੇਵਾਂਗੇ, ਉਧੇੜ ਦੇਵਾਂਗੇ, ਕਿਉਂਕਿ ਆਪਾਂ ਜਿਹੜਾ ਪੱਕਾ ਟਾਂਕਾ ਲਗਾਉਣਾ ਹੈ ਉਹ ਜਦੋਂ ਸ਼ਰਟ ਨਾਲ ਅਟੈਚ ਕਰਾਂਗੇ ਇਹਨਾਂ ਨੂੰ ਪੈਚਸ ਨੂੰ, ਉਦੋਂ ਹੀ ਲਗਾਵਾਂਗੇ। ਇਹ ਮੈਂ ਇੱਦਾਂ ਵੱਡੇ ਬੱਖੇ ਨਾਲ ਲਗਾ ਰਹੀ ਹਾਂ, ਕਿਉਂਕਿ ਇਹ ਆਪਾਂ ਨੇ ਉਧੇੜਨੇ ਨੇ। ਇਹ ਡਿਜ਼ਾਈਨ ਤੁਸੀਂ ਜ਼ਿਆਦਾ ਬੈਸਟ ਆ, ਮਤਲਬ ਬਸੰਤ ਵਕਤ ਬਣਾਓ ਤਾਂ ਜ਼ਿਆਦਾ ਬੈਸਟ ਆ, ਅਦਰਵਾਈਜ਼ ਵੈਸੇ ਤਾਂ ਮੈਂ ਲੋਹੜੀ ਤੇ ਹੀ ਬਣਾਉਂਗੀ। ਠੀਕ ਹੈ, ਇੱਥੋਂ ਇੱਦਾਂ ਫੇਰ ਇਹਨੂੰ ਬਸ ਆਪਾਂ ਨੇ ਦੇਖੋ, ਹੁਣ ਇਹੀ ਚੀਜ਼ ਸੀ ਵੀ ਮੈਂ ਤੁਹਾਨੂੰ ਇਹੀ ਕਹਿਤੀ ਵੀ ਆਪਾਂ ਇਹ ਕੋਰਨਰ ਤੇ ਲੈ ਕੇ ਆਉਣਾ ਆ, ਕਿਉਂਕਿ ਦੇਖੋ ਹੁਣ ਇੱਥੇ ਇਹ ਜੋੜ ਨਾ ਅਟੈਚ ਹੋ ਗਿਆ। ਮੈਂ ਇੰਨੀ ਕੁ ਵੱਧ ਕੱਟੂੰਗੀ ਇੱਥੋਂ, ਦੇਖੋ ਮਤਲਬ ਆਪਣਾ ਜੋੜ ਕਿਤੇ ਵੀ ਦਿਖ ਨਹੀਂ ਰਿਹਾ ਵੀ ਆਪਾਂ ਨੇ ਲੈਸ ਦਾ ਜੋੜ ਕਿੱਥੇ ਲਗਾਇਆ। ਠੀਕ ਹੈ, ਐਕਸਟਰਾ ਆਪਾਂ ਨੇ ਥਰੈਡ ਕੱਟ ਕਰ ਲੈਣੇ ਨੇ। ਹੁਣ ਮੈਂ ਤੁਹਾਨੂੰ ਦਿਖਾ ਦਵਾਂ ਵੀ ਜਿਹੜੇ ਮੈਨੇ ਪੀਸ ਰੈਡੀ ਕੀਤੇ ਨੇ, ਹੋਰ ਰੈਡੀ ਕੀਤੇ ਨੇ। ਇਹ ਦੇਖੋ ਇਹ ਆਪਾਂ ਪੰਜ ਪੰਜ ਦਾ ਕੀਤਾ ਹੋਇਆ, 5 ਇੰਚ ਲੰਬਾ ਤੇ 5 ਇੰਚ ਚੌੜਾ।
ਇਹ ਆਪਣਾ ਹੈਗਾ 4 ਇੰਚ ਦਾ, ਠੀਕ ਹੈ, 4 ਇੰਚ ਲੰਬਾ ਤੇ 4 ਇੰਚ ਚੌੜਾਈ ਚ। ਇਹ ਹੈਗਾ ਆਪਣਾ 3 ਇੰਚ ਦਾ, ਇਹ ਹੈਗਾ ਆਪਣਾ 3.5 ਦਾ, ਇਹ ਇਸ ਤੋਂ ਥੋੜਾ ਜਿਹਾ ਵੱਡਾ ਆ, ਇਹ ਥੋੜਾ ਜਿਹਾ ਛੋਟਾ ਆ, ਠੀਕ ਹੈ। ਹੁਣ ਆਪਾਂ ਨੇ ਕੀ ਕਰਨਾ ਆ, ਇਹਦੇ ਨਾਲ ਇਵੇਂ ਆਪਾਂ ਨੇ ਡੋਰ ਵੀ ਰੈਡੀ ਕਰਨੀਆਂ ਨੇ। ਦੇਖੋ ਸੇਮ 4 ਰੰਗ ਮੇਰੇ ਦੁਪੱਟੇ ਚ ਸੀ, ਮੈਂ ਚਾਰੋਂ ਰੰਗ ਦੇ ਕਾਈਟ ਰੈਡੀ ਕਰ ਲਈਆਂ ਨੇ, ਬਾਕੀ ਮੈਂ ਡੋਰ ਵੀ ਰੈਡੀ ਕੀਤੀਆਂ ਨੇ ਚਾਰੋਂ ਰੰਗ ਦੀਆਂ। ਹੁਣ ਆਪਾਂ ਇਹਨੂੰ ਪੇਸਟ ਕਿੱਦਾਂ ਕਰਨਾ ਹੈ ਉਹ ਦੱਸਦੇ ਤੁਹਾਨੂੰ। ਸੋ ਦੇਖੋ ਆਪਾਂ ਨੇ ਕਾਈਟ ਇੱਕ ਅਟੈਚ ਕਰ ਲਈ, ਆਪਾਂ ਨੇ ਕਿੱਥੇ ਕੀਤੀ ਹੈ, ਜਿੱਥੇ ਆਪਣਾ ਸਾਈਡ ਦਾ ਚਾਕ ਦਾ ਐਂਡ ਹੈ, ਠੀਕ ਹੈ, ਉੱਥੋਂ ਸਟਾਰਟਿੰਗ ਆ, ਉੱਥੋਂ ਆਪਾਂ ਨੇ ਇੱਕ ਕਾਈਟ ਇੱਦਾਂ ਅਟੈਚ ਕਰ ਲਈ ਆ। ਹੁਣ ਤੁਸੀਂ ਜਿੱਦਾਂ ਵੀ ਕਰਨਾ, ਦੇਖੋ ਜੇ ਤਾਂ ਤੁਸੀਂ ਨੇੜੇ ਨੇੜੇ ਲਗਾਉਣੀ ਆ ਤਾਂ ਤੁਸੀਂ ਜਿੰਨੀ ਮਰਜ਼ੀ ਕਾਈਟ ਰੈਡੀ ਕਰ ਸਕਦੇ ਹੋ। ਇੱਦਾਂ ਮੈਂ ਇਸ ਕੋਰਨਰ ਦਾ ਲੈ ਰਹੀ ਹਾਂ ਜ਼ਿਆਦਾਤਰ, ਦੇਖੋ, ਠੀਕ ਹੈ, ਜੇ ਤੁਸੀਂ ਨੇ 4 ਲਗਾਉਣੇ ਨੇ, ਅਦਰਵਾਈਜ਼ ਤੁਸੀਂ ਨੇ ਜੇ 3 ਲਗਾਉਣੇ ਨੇ ਤਾਂ ਤੁਸੀਂ ਇਹ 'ਚ ਥੋੜ੍ਹਾ ਜਿਹਾ ਗੈਪ ਵੀ ਪਾ ਸਕਦੇ ਹੋ, ਜਿੱਦਾਂ ਕਿ ਮੈਂ ਪਾਉਂਗੀ ਇੱਦਾਂ, ਠੀਕ ਹੈ। ਉਹ ਤਾਂ ਤੁਸੀਂ ਆਪਣੇ ਅਕੋਰਡਿੰਗ ਕਰਨਾ ਹੈ ਵੀ ਤੁਹਾਨੂੰ ਕਿੱਦਾਂ ਲੱਗਦਾ ਹੈ ਵਧੀਆ। ਸੋ ਦੇਖੋ ਮੈਂ ਇੱਦਾਂ ਕਰ ਰਹੀ ਹਾਂ, ਮਤਲਬ ਮੈਂ 3 ਹੀ ਅਟੈਚ ਕਰ ਰਹੀ ਹਾਂ ਇੱਥੇ। ਹੁਣ ਮੈਂ ਕੀ ਕਰਾਂਗੀ, ਪਿਨਅਪ ਕਰ ਲਾਂਗੀ ਇਹਨਾਂ ਨੂੰ, ਕਿਉਂਕਿ ਆਪਾਂ ਨਾ ਆਪਣਾ ਫਿਕਸ ਹੈ ਵੀ ਆਪਾਂ ਨੇ ਇਹ ਇੱਥੇ ਲਗਾਉਣੇ ਨੇ, ਠੀਕ ਹੈ। ਇਹਨੂੰ ਮੈਂ ਇੱਦਾਂ, ਅੱਛਾ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਵਾਂ, ਮੈਂ ਇਹ ਜਦੋਂ ਅਟੈਚ ਕਰੂੰਗੀ, ਮੈਂ ਜਿਹੜਾ ਇਹ ਅੰਦਰਲਾ ਇਨਰ ਹੈ ਇਹਨੂੰ ਅਲੱਗ ਕੱਢ ਕੇ ਸਿਰਫ ਆਪਣੇ ਫੈਬਰਿਕ ਤੇ ਅਟੈਚ ਕਰੂੰਗੀ। ਅੱਜ ਤੁਹਾਨੂੰ ਦਿਖਾਉਂਦੇ ਆਪਾਂ ਅਟੈਚ ਕਿੱਦਾਂ ਕਰਦੇ ਹਾਂ। ਸੋ ਮੈਨੇ ਪੇਸਟਿੰਗ ਹੁੰਦੇ ਜਿਹੜੀ ਉਹਦੇ ਨਾਲ ਹਲਕਾ ਫੁਲਕਾ ਜਿਹਾ ਪੇਸਟ ਕਰ ਲਿਆ। ਹੁਣ ਆਪਾਂ ਕੀ ਕਰਾਂਗੇ, ਦੇਖੋ ਇੱਦਾਂ ਇਹਨੂੰ ਨਾ ਕੋਰਨਰ ਤੇ ਸਲਾਈ ਮਾਰਾਂਗੇ, ਬਿਲਕੁਲ ਬਿਲਕੁਲ ਕੋਲ ਕੋਲ ਛੋਟੀ ਸਲਾਈ ਕਰ ਲਾਂਗੇ ਇਹਨੂੰ, ਠੀਕ ਹੈ, ਇੱਦਾਂ ਬਿਲਕੁਲ ਮੈਂ ਕੋਰਨਰ ਤੇ ਮਾਰ ਰਹੀ ਹਾਂ, ਜਿਹੜੇ ਲੈਸ ਵੀ ਵਿਦ ਵਿੱਚ ਹੀ ਅਟੈਚ ਹੋ ਜਾਵੇ ਤੇ ਕੋਰਨਰਸ ਵੀ ਇਹਦੇ ਪ੍ਰੋਪਰਲੀ ਦੱਬ ਜਾਣ, ਠੀਕ ਹੈ। ਬਾਕੀ ਇਹ ਆਪਾਂ ਜਿਹੜਾ ਆਪਾਂ ਨੂੰ ਅਲੱਗ ਤੋਂ ਧਾਗਾ ਦਿਖ ਰਿਹਾ ਆ ਉਹ ਆਪਾਂ ਉਧੇੜ ਦਾਂਗੇ। ਹੁਣ ਜਿਹੜੀ ਮੇਰੀ ਇਹ ਆ ਡੋਰ ਆ, ਇੱਕ ਸਾਈਡ ਮੈਂ ਵੱਡਾ ਰੱਖਿਆ, ਇੱਕ ਸਾਈਡ ਮੈਂ ਛੋਟੀ ਡੋਰ ਰੱਖੀ ਆ। ਹੁਣ ਮੈਂ ਇਹਨੂੰ ਫੋਲਡ ਕਰਕੇ ਇਹਦੇ ਸੈਂਟਰ ਚ ਇੱਦਾਂ ਆਪਾਂ ਅੰਦਰ ਪੇਸਟ ਕਰਾਂਗੇ, ਠੀਕ ਹੈ। ਹੁਣ ਆਪਾਂ ਇਹਨੂੰ ਸਾਰੇ ਨੂੰ ਆਪਾਂ ਦੇਖੋ, ਹੁਣ ਇਹਨੂੰ ਆਪਾਂ ਨੇ ਇਵੇਂ ਪੇਸਟ ਕਰ ਲੈਣਾ ਆ। ਪੱਕੀ ਸਿਲਾਈ ਲਗਾ ਰਿਹਾ ਆਪਾਂ ਇਹਨੂੰ ਫਿਨਿਸ਼ਿੰਗ ਨਾਲ, ਤੇ ਜਿਹੜਾ ਆਪਣਾ ਇਹ ਅਲੱਗ ਤੋਂ ਆਪਾਂ ਨੂੰ ਥਰੈਡ ਦਿਖਦਾ ਆ ਉਹ ਆਪਾਂ ਇਹਦਾ ਉਧੇੜ ਦੇਣਾ ਆ, ਉਹਦੇ ਨਾਲ ਇਹਦੀ ਫਿਨਿਸ਼ਿੰਗ ਆਏਗੀ ਚੰਗੀ ਤਰ੍ਹਾਂ, ਠੀਕ ਹੈ। ਇੱਥੋਂ ਵੀ ਮੈਂ ਹਲਕਾ ਜਿਹਾ ਉਹਨੂੰ ਇੱਥੇ ਦੱਬਾਂਗੀ, ਠੀਕ ਹੈ। ਹੁਣ ਇਹਨੂੰ ਆਪਾਂ ਨੇ ਕੱਢ ਲੈਣਾ ਆ, ਦੇਖੋ ਇਹ ਆਪਣਾ ਫਸਟ ਕਾਈਟ ਆਪਣੀ ਅਟੈਚ ਹੋ ਗਈ, ਇੱਦਾਂ ਇਹਦੀ ਡੋਰ ਆਈ ਆ। ਹੁਣ ਉੱਦਾਂ ਹੀ ਆਪਾਂ ਨੇ ਜਿਹੜੀਆਂ 3-4 ਬਣਾਈਆਂ ਨੇ ਉਹ ਵੀ ਇੱਦਾਂ ਹੀ ਅਟੈਚ ਕਰ ਲਾਂਗੇ ਇਹਦੇ। ਸੋ ਦੇਖੋ ਆਪਾਂ ਨੇ ਸਾਰੇ ਇਹ ਸਟਿਚ ਕਰ ਲਏ ਨੇ। ਮੈਂ ਤੁਹਾਨੂੰ ਦੱਸ ਦਵਾਂ, ਮੈਂ ਇਸ ਚੀਜ਼ ਨਾਲ ਨਾ ਜਿਹੜੀ ਆਪਣੀ ਟੇਪ ਆ ਇਹਦੇ ਨਾਲ ਪਹਿਲਾਂ ਇਹਨੂੰ ਪੇਸਟ ਕੀਤਾ, ਫਿਰ ਉਹਦੇ ਤੇ ਸਟਿਚਿੰਗ ਕੀਤੀ ਆ ਜਿੱਦਾਂ ਕਿ ਮੈਂ ਤੁਹਾਨੂੰ ਦਿਖਾਇਆ ਹੀ ਆ। ਸੋ ਹੁਣ ਆਪਾਂ ਨੇ ਦੇਖੋ ਜਿਹੜੀਆਂ ਡੋਰਾਂ ਰੱਖੀਆਂ ਨੇ ਉਹ ਮੈਂ ਕਿਵੇਂ ਰੱਖੀਆਂ ਨੇ। ਇੱਕ ਤਾਂ ਪਹਿਲਾਂ ਮੈਂ ਇੱਥੇ ਤੱਕ ਕੱਟ ਰਹੀ ਹਾਂ ਕਿਉਂਕਿ ਮੇਰਾ ਥੋੜਾ ਫੁੰਡਾ ਵੀ ਆਏਗਾ ਨੀਚੇ ਤਾਂ ਇਹਦੇ ਬਰਾਬਰ ਹੋ ਜਾਏਗਾ, ਠੀਕ ਹੈ। ਇੱਕ ਤਾਂ ਆਪਾਂ ਆ ਚੀਜ਼ ਇੰਨੀ ਕੁ ਕੱਟ ਰਹੇ, ਫਿਰ ਦੂਜੀ ਇਹਦੇ ਸਾਈਜ਼ ਚ ਹੀ ਕੱਟ ਰਹੀ ਹਾਂ ਜਿਹੜੀ ਦੂਜੀ ਆ, ਠੀਕ ਹੈ। ਜਿਵੇਂ ਆ ਹੈ ਨਾ ਤਾਂ ਮੈਂ ਇਹਦੇ ਸਾਈਜ਼ ਚ ਹੀ ਕਟਿੰਗ ਕਰ ਰਹੀ ਹਾਂ,
ਸੋ ਜਿਹੜੇ ਫੁੰਦੇ ਆਪਣੇ ਦੋ ਦੋ ਦਿਖਣ। ਦੇਖੋ ਹੁਣ ਇੱਕ ਲਟਕਣੇ ਤੇ ਲਾ ਜੋ, ਇੱਕ ਤੇ ਲਾ ਜੋ ਡੋਰ, ਤਾਂ ਵੀ ਸੋਹਣੇ ਲੱਗਣਗੇ। ਹੁਣ ਇਹਦੇ ਵਿੱਚ ਤੁਸੀਂ ਦੇਖੋ ਜਿਵੇਂ ਮੇਰੀ ਇਹ ਕਾਇਟ ਨੇ, ਤੁਸੀਂ ਇਸ ਕਾਇਟ 'ਚ ਕੁਛ ਵੀ ਕਰ ਸਕਦੇ, ਜਿਵੇਂ ਆਪਾਂ ਗੋਟਾ ਪੱਤੀ ਤੇ ਇੱਥੇ, ਤੇ ਇੱਦਾਂ ਜਿਵੇਂ ਆਪਣੇ ਪਤੰਗ ਹੁੰਦੇ ਉੱਦਾਂ ਵੀ ਤੁਸੀਂ ਗੋਟਾ ਪੱਤੀ ਕਰ ਸਕਦੇ। ਜੇ ਮੈਂ ਕਰੂੰਗੀ ਤਾਂ ਵੀਡੀਓ ਜ਼ਰੂਰ ਬਣਾਵਾਂਗੀ। ਸੋ ਬਾਕੀ ਤਾਂ ਤੁਸੀਂ ਦੇਖ ਸਕਦੇ ਹੋ ਫਾਈਨਲ ਲੁੱਕ, ਤੁਹਾਨੂੰ ਇਹ ਮੈਂ ਪੂਰਾ ਵੇਅਰ ਕਰਕੇ ਹੀ ਦਿਖਾਵਾਂਗੀ। ਸੋ ਦੇਖੋ ਆਪਣਾ ਪਤੰਗ ਨਾ ਆਪਾਂ ਨੂੰ ਖਾਲੀ ਜਿਹਾ ਲੱਗ ਰਿਹਾ, ਮੈਂ ਡਰਾ ਕਰ ਲਿਆ ਇੱਦਾਂ ਹੀ ਜਿੱਦਾਂ ਕਿ ਉਹਦੇ ਤੇ ਪਤੰਗ ਤੇ ਬਣਿਆ ਹੁੰਦਾ ਆ। ਸੋ ਹੁਣ ਆਪਾਂ ਨੇ ਕੀ ਕਰਨਾ ਹੈ, ਇੱਥੇ ਮੈਂ ਰੱਖਣੀ ਆ ਗੋਟਾ ਪੱਤੀ ਆਪਣੀ ਇੱਦਾਂ। ਪੱਕਾ ਕਰਕੇ ਨਾ ਹੁਣ ਕੀ ਕਰਨਾ ਆ, ਨੋਰਮਲੀ ਆਪਾਂ ਨੇ ਇਹਨੂੰ ਇੱਕ ਸਟਿਚ ਦੇਣਾ ਹੈ ਇੱਦਾਂ। ਤੇ ਹੁਣ ਇਹਨੂੰ ਵੀ ਜਿਹੜਾ ਵੱਧਦਾ ਆ ਉਹਨੂੰ ਕੱਟ ਕਰਕੇ ਆਪਾਂ ਨੇ ਇਹਨੂੰ ਫੋਲਡ ਕਰ ਦੇਣਾ ਹੈ ਇੱਦਾਂ। ਠੀਕ ਹੈ, ਇਹ ਹੋ ਗਿਆ ਆਪਣਾ ਇੱਕ ਸਾਈਡ। ਹੁਣ ਆਪਾਂ ਇਹਨੂੰ ਵੀ ਧਾਗਾ ਵੀ ਇਹਦਾ ਕੱਟ ਕੇ ਹੁਣ ਫਿਰ ਆਪਾਂ ਨੇ ਗੋਟਾ ਪੱਤੀ ਲੈਣੀ ਆ। ਸੋ ਹੁਣ ਆਪਾਂ ਨੇ ਕੀ ਕਰਨਾ ਹੈ, ਇਸ ਕਾਰਨਰ ਤੋਂ ਇੱਥੋਂ ਫਿਰ ਇਹਨੂੰ ਫੋਲਡ ਕਰਨਾ ਆ, ਇੱਥੇ ਧਰਨੀ ਹੈ ਇੱਦਾਂ। ਠੀਕ ਹੈ, ਗੋਟਾ ਪੱਤੀ ਇੱਦਾਂ ਰੱਖ ਕੇ ਇਹਨੂੰ ਇੱਥੋਂ ਵੀ ਆਪਾਂ ਨੇ ਪਹਿਲਾਂ ਇਹਨੂੰ ਪੱਕਾ ਕਰ ਲੈਣਾ ਆ। ਫਿਰ ਕੀ ਕਰਨਾ, ਜਿੱਦਾਂ ਕਿ ਮੈਂ ਡਰਾ ਕੀਤਾ ਹੋਇਆ ਆ, ਇਹਦੇ ਨਾਲ ਕੀ ਆ ਪੂਰੀ ਪਤੰਗ ਦੀ ਲੁੱਕ ਆਏਗੀ ਪੂਰੀ, ਜਿੱਦਾਂ ਕਿ ਆਪਣਾ ਪਤੰਗ ਹੁੰਦਾ ਆ। ਵੈਸੇ ਬਹੁਤ ਜ਼ਿਆਦਾ ਪਿਆਰਾ ਲੱਗੂਗਾ ਜੇ ਇਹ ਆਪਾਂ ਸੂਟ ਬਸੰਤ ਤੇ ਵੇਅਰ ਕਰੀਏ ਤਾਂ ਬਹੁਤ ਜ਼ਿਆਦਾ ਪਿਆਰਾ ਲੱਗੂਗਾ। ਹੁਣ ਆਪਾਂ ਇਹਨੂੰ ਇੱਥੋਂ ਨਾਪ ਕੇ ਹੁਣ ਇਹਨੂੰ ਵੀ ਆਪਾਂ ਨੇ ਜਿਹੜੀ ਐਕਸਟਰਾ ਆ ਉਹਨੂੰ ਇੱਦਾਂ, ਠੀਕ ਹੈ, ਇਹ ਆਪਾਂ ਨੇ ਇੱਦਾਂ ਫੋਲਡ ਇਹਨੂੰ ਵੀ ਕੱਟ ਕਰਨਾ ਆ। ਤੇ ਇਹਨੂੰ ਜੋ ਵੀ ਐਕਸਟਰਾ ਥਰੈਡ ਆ ਤੁਹਾਡਾ ਤੁਸੀਂ ਉਹਨੂੰ ਕੱਟ ਕਰ ਸਕਦੇ ਹੋ। ਦੇਖੋ ਜੇ ਤੁਹਾਨੂੰ ਲੱਗਦਾ ਆ ਤਾਂ ਤੁਸੀਂ ਇਹ ਕਰ ਸਕਦੇ, ਨਹੀਂ ਅਦਰਵਾਈਜ਼ ਤੁਸੀਂ ਇਹਨੂੰ ਖਾਲੀ ਵੀ ਰੱਖ ਸਕਦੇ, ਬਟ ਮੈਨੂੰ ਇਹ ਵਧੀਆ ਲੱਗਿਆ ਇੱਦਾਂ ਦਾ। ਠੀਕ ਹੈ, ਮੈਂ ਜੋ ਵੀ ਐਕਸਟਰਾ ਥਰੈਡ ਹੈ ਉਹਨੂੰ ਕੱਟ ਕਰ ਲੂੰਗੀ। ਹੁਣ ਆਪਾਂ ਜਿਹੜੇ ਦੇ ਨੀਚੇ ਵਾਲੀਆਂ ਲੜੀਆਂ ਨੇ ਉਹਦੇ ਤੇ ਵੀ ਫੁੰਦਾ ਲਗਾਵਾਂਗੇ ਇਹਨੂੰ ਫੋਲਡ ਕਰਕੇ। ਠੀਕ ਹੈ, ਇਹ ਦਿੱਤੀ ਜਿੱਦਾਂ ਕਿ ਆਪਾਂ ਅਮਨ ਲਗਾਉਂਦੇ ਹਾਂ ਉੱਦਾਂ ਹੀ ਸੇਮ, ਸੋਰੀ, ਇਹਨੂੰ ਇੱਦਾਂ ਫੋਲਡ ਕਰਕੇ। ਤੁਹਾਨੂੰ ਮੈਂ ਦੱਸਿਆ ਨਹੀਂ ਹੈਗਾ, ਵੈਸੇ ਇੱਕ ਵੀਡੀਓ 'ਚ ਦੱਸਿਆ ਆ, ਆਪਾਂ ਇਹਨੂੰ ਫੋਲਡ ਕਰ ਲੈਣਾ ਆ, ਇਹਨੂੰ ਵੀ ਫੋਲਡ ਕਰ ਲੈਣਾ ਆ ਅਤੇ ਇਹਨੂੰ ਇੱਦਾਂ ਫੋਲਡ ਕਰ ਲੈਣਾ ਆ। ਮਤਲਬ ਇਹ ਸੋਹਣੇ ਲੱਗਦੇ ਨੇ ਲੱਗੇ ਹੋਏ ਨੋਰਮਲ ਲਟਕਣ ਨਾਲੋਂ। ਠੀਕ ਹੈ, ਜੋ ਵੀ ਆਪਾਂ ਨੇ ਐਕਸਟਰਾ ਕੱਟ ਕਰ ਲੈਣਾ ਆ, ਐਕਸਟਰਾ ਕੱਟ ਕਰਕੇ ਇਹਨੂੰ ਓਪਨ ਕਰ ਲੈਣਾ ਆ ਇੱਦਾਂ, ਪਲਟ ਲੈਣਾ ਆ। ਦੇਖੋ ਇੱਦਾਂ ਹੀ ਬਸ ਮੈਂ ਸਾਰੇ 'ਤੇ ਇੱਦਾਂ ਪਤੰਗ ਬਣਾ ਲਾਂਗੀ ਜੋ ਵੀ ਆਪਣੀ ਆ ਹਾਏ, ਅਤੇ ਇੱਦਾਂ ਇਹਦੇ 'ਤੇ ਫੋਮਨ ਲਾ ਲਾਂਗੀ।